ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ ਅਸਲਾਮ ਅਲੈਕੁਮ ਮੈਂ ਅਮਨਦੀਪ ਸਾਹਿਬ ਉਮੀਦ ਕਰਨਾ ਤੁਸੀਂ ਠੀਕ ਠਾਕ ਹੋਵੋਗੇ ਭਾਈ ਆ ਤੁਸੀਂ ਸਾਰਿਆਂ ਨੇ ਮੇਰੇ ਲਾਸਟ ਵਲੌਗ ਵੇਖੇ ਹੋਣਗੇ ਵਿੱਚ ਜਿਹੜਾ ਨਾਨੀ ਵਾਲਾ ਪਿੰਡ ਆਏ ਹਾਂ ਅਤੇ ਅੱਜ ਅਸੀਂ ਚੱਲੇ ਹਾਂ ਆਪਣੀ ਦਾਦੀ ਹੋਰਾਂ ਪਿੰਡ ਰਾਣੀ ਬਾਹਰ ਕੱਢ ਕੇ ਖਿਲਾ ਲਈਏ ਅੱਬੂ ਦੀ ਆਕੇ ਰਾਣੀ ਦੇ ਵਿੱਚ ਬਹਿ ਗਏ ਨੇ ਬਾਕੀ ਹੁਣ ਸਾਡੀ ਫੈਮਿਲੀ ਆਉਣ ਲੱਗੀ ਸਾਰੇ ਆਕੇ ਰਾਣੀ 'ਚ ਬਹਿੰਦੇ ਅਤੇ ਫਿਰ ਚੱਲਦੇ ਦਾਦਾ ਜਿਹੜੇ ਪਿੰਡ 'ਚ ਜਾ ਕੇ ਤੁਹਾਨੂੰ ਮਿਲਾਉਣਾ ਆਪਣੇ ਦਾਦੇ ਨਾਲ ਆਪਣੀ ਦਾਦੀ ਨਾਲ ਅਤੇ ਨਾਲ ਆਪਣੇ ਚਾਚੂ ਮੋਟੂ ਦੇ ਨਾਲ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਬਿਲਕੁਲ ਠੀਕ ਠਾਕ ਸ਼ੁਕਰ ਅਲਹਮਦੁਲਿਲਾ ਬਾਕੀ ਬਾਤ ਹੈ ਬਾਕੀ ਬਾਤ ਚਾਲੇ 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 ਜੀ ਜਾਣੇ ਦਾ ਗੱਲ ਸਾਰੀ ਫੈਮਿਲੀ ਆ ਕੇ ਜਿਹੜਾ ਗੱਡੀ 'ਚ ਬਹਿ ਗਈ ਜੀ ਅਤੇ ਹੁਣ ਜਿਹੜਾ ਨਾ ਚੱਲੀਏ ਦਾਦਾ ਜਿਹੜਾ ਕਾਰ ਅੱਬੂ ਹੋਰਾਂ ਨੇ ਅੱਜ ਆਪਣੇ ਆਪਣੇ ਅੱਬੂ ਨਾਲ ਮਿਲਣਾ ਮਾਸ਼ਾਅੱਲਾ ਬੜੇ ਹੀ ਖੁਸ਼ ਨੇ ਮਾਸ਼ਾਅੱਲਾ ਹਰ ਬੰਦਾ ਹੀ ਆਪਣੇ ਅੱਬੂ ਨਾਲ ਖੁਸ਼ ਮਿਲਣ ਵਾਸਤੇ ਖੁਸ਼ ਹੁੰਦਾ ਹਾਏ ਤੁਸੀਂ ਤਾਂ ਬਹੁਤ ਹੀ ਖੁਸ਼ ਹੋ ਤੁਸੀਂ ਤਾਂ ਆਏ ਲਾ ਜੀ ਕੁਝ 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 ਅੱਗੇ ਵੇਖੋ ਅੱਗੇ ਵੇਖੋ ਤੁਹਾਡੀ ਮਿਹਰਬਾਨੀ ਇੰਨਾ ਚਿਰ ਹੋ ਗਿਆ ਅੱਬੂ ਨੂੰ ਗੱਡੀ ਚਲਾਉਂਦੇ ਤਾਂ ਹਜੇ ਤੱਕ ਸਹੀ ਜਾਂਚ ਨਹੀਂ ਆਈ ਭਰੋਲੇ ਵੇਖੋ ਕੈਸੇ ਨੇ ਆਹ ਭਰੋਲਾ ਜਿਹੜਾ ਨਾਲ ਹੀ ਕਣਕ ਵੱਢਦਾ ਤੇ ਨਾਲ ਹੀ ਤੂੜੀ ਬਣਾ ਹਾਰਦਾ ਸਪੈਸ਼ਲ ਇਸ ਚੀਜ਼ ਵਾਸਤੇ ਬਣਿਆ ਨਾਲ ਹੀ ਤੂੜੀ ਤੇ ਨਾਲ ਹੀ ਕਣਕ ਵੱਢਦਾ ਆਹ ਵੇਖੋ ਇਹ ਸ਼ਹਿਦ ਦੀ ਮੱਖੀ ਵੱਲ ਵੇਖ ਕੇ ਬਣਾਇਆ ਸਾਇੰਸਦਾਨਾਂ ਨੇ ਮੇਰੇ ਨਾਲ ਮਸ਼ਵਰਾ ਕੀਤਾ ਸੀ ਮੈਂ ਦੱਸਿਆ ਸੀ ਮੈਂ ਕਿਹਾ ਚੱਲ ਵੇਖੋ ਅੱਗੋਂ ਵੇਖੋ ਅੱਗੋਂ ਸ਼ਹਿਦ ਦੀ ਮੱਖੀ ਵਾਂਗ ਪਿੱਛੇ ਜਿਹੜੇ ਉਹਦੇ ਹੁੰਦਾ ਨਾ ਸਿਸਟਮ ਸਾਰਾ ਉਵੇਂ ਆਵੇ ਚੈੱਕ ਕਰੋ ਭਾਈ ਸਾਇੰਸ ਤਰੱਕੀ ਕਰ ਗਈ ਹੈ ਨਹੀਂ ਤਾਂ ਪਹਿਲਾਂ ਕਿੱਥੇ ਪਹਿਲਾਂ ਕਣਕ ਹੱਥਾਂ ਨਾਲ ਵੱਢਣੀ ਕਰਨੀ ਫਿਰ ਭੜੀਆਂ ਪਾਣੀਆਂ ਕਰਨੀਆਂ ਫਿਰ ਉਹਨੂੰ ਇਕੱਠਾ ਕਰਨਾ ਫਿਰ ਥਰਿਆ ਛੜਨਾ ਕੁੱਤਰਨਾ ਫਿਰ ਤੂੜੀ ਢੋਵੋ ਫਿਰ ਦਾਣੇ ਢੋਵੋ ਫਿਰ ਦਾਣੇ ਛਰਾਓ ਅਤੇ ਕਈ ਸਿਆਪੇ ਹਨ ਅਤੇ ਹੁਣ ਭਰੋਲਾ ਸਾਹਿਬ ਆਉਂਦੇ ਨੇ ਘੰਟੇ ਵਿੱਚ ਕਣਕ ਵੀ ਵੱਢ ਛੱਡਦੇ ਨੇ ਤੂੜੀ ਵੀ ਬਣ ਜਾਂਦੀ ਹੈ ਤੂੜੀ ਵੀ ਜਾ ਘਰ ਲਾ ਆਉਂਦੇ ਨੇ ਅਤੇ ਦਾਣੇ ਵੀ ਲਾ ਆਉਂਦੇ ਨੇ ਬਸ ਗੱਲ ਮੁੱਕੀ ਬਾਕੀ ਭਾਜੀ ਕੋਈ ਵੀ ਸਾਇੰਸਦਾਨ ਮੇਰੀ ਵੀਡੀਓ ਵੇਖਣ ਡਿਆ ਕਿਸੇ ਚੀਜ਼ ਦੀ ਨਾ ਸਮਝ ਲੱਗਦੀ ਹੋਏ ਕੋਈ ਨਾ ਜਿਹੜਾ ਡਿਜ਼ਾਇਨ ਸਮਝ ਆਉਂਦਾ ਹੋਏ ਤੇ ਮੇਰੇ ਨਾਲ ਮਸ਼ਵਰਾ ਕਰ ਸਕਦਾ ਹੈ ਨਾਲੇ ਭਾਈਆ ਇੱਕ ਹੋਰ ਚੀਜ਼ ਦੱਸਣੀ ਸੀ ਉੱਧਰ ਜਿੰਨੇ ਜਿੰਨੇ ਜਾਨਵਰ ਲੋਕਾਂ ਨੇ ਡੇਅਰੀ ਫਾਰਮ 'ਚ ਰੱਖੇ ਹੁੰਦੇ ਨੇ ਨਾ ਬਹੁਤ ਬਹੁਤੇ ਉੱਥੇ ਚਾਰ ਕੇ ਜਿਹੜਾ ਉਹ ਗੁਜ਼ਾਰਾ ਕਰਾ ਲੈਂਦੇ ਨੇ ਡੰਗਰਾਂ ਦਾ ਅਸੀਂ ਐਵੇਂ ਰੱਖੇ ਨੇ ਖੁੱਲ੍ਹਮ ਖੁੱਲ੍ਹੇ ਫਿਰਦੇ ਨੇ ਕੋਈ ਟੈਨਸ਼ਨ ਨਹੀਂ ਕੋਈ ਗੱਲਬਾਤ ਨਹੀਂ ਕੋਈ ਡੇਅਰੀ ਫਾਰਮ ਨਹੀਂ ਚਾਰ ਚਾਰ ਸੌ ਤਿੰਨ ਤਿੰਨ ਸੌ ਗਾਂ ਰੱਖੀ ਲੋਕਾਂ ਨੇ ਪਰਵਾਹ ਹੀ ਨਹੀਂ ਅਤੇ ਵੇਖੋ ਕਿੱਡੇ ਸਾਦਾ ਤਰੀਕੇ ਨਾਲ ਜਾਂਦੇ ਨੇ ਅਤੇ ਇੰਨਾ ਮਾਲ ਹੋਣ ਦੇ ਬਾਵਜੂਦ ਵੀ ਉਹਨਾਂ ਕੋਈ ਡੇਅਰੀ ਫਾਰਮ ਨਹੀਂ ਬਣਾਇਆ ਕੋਈ ਕੁਛ ਨਹੀਂ ਅਤੇ ਉੱਥੇ ਸੱਤ ਗਾਂ ਰੱਖ ਲਓ ਅਤੇ ਡੇਅਰੀ ਫਾਰਮ ਬਣ ਜਾਂਦਾ ਇਹ ਵੇਖੋ ਭਾਈਆ ਜਿਵੇਂ ਹੱਥ ਨਾਲ ਰਗੜ ਕੇ ਵੱਢੀ ਦੀ ਨੇ ਥੱਲੂ ਐਂਜ ਥੱਲੂ ਕਣਕ ਵੱਢਦਾ ਭਰੋਲਾ ਅਤੇ ਨਾਲ ਨਾਲ ਤੂੜੀ ਵੀ ਬਣਾਉਣ ਡਿਆ ਏ ਇਹਨੂੰ ਕਹਿੰਦੇ ਨੇ ਭਰੋਲਾ ਲਓ ਜੀ ਲੋਡੇ ਵੱਲ ਦਾ ਟਾਈਮ ਹੋ ਗਿਆ ਜੀ ਅਤੇ ਅਸੀਂ ਆਪਣੇ ਦਾਦਾ ਜੀ ਕੇ ਪਿੰਡ ਪਹੁੰਚ ਗਏ ਹਾਂ ਇਹ ਸੋਹਣਾ ਜਿਹਾ ਪਿੰਡ ਜਿਹੜਾ ਨਾ ਮੇਰੇ ਦਾਦਾ ਜੀ ਹੋਰਾਂ ਦਾ ਜੇ ਇਹ ਆ ਗਿਆ ਜੀ ਮੇਰੇ ਦਾਦਾ ਜੀ ਹੋਰਾਂ ਦਾ ਸੋਹਣਾ ਜਿਹਾ ਘਰ ਮਾਸ਼ਾਅੱਲਾ ਇਹ ਸਾਰਾ ਘਰ ਹੈ ਆਪਣਾ ਮਾਸ਼ਾਅੱਲਾ ਦਾਦਾ ਜੀ ਹੋਰ ਸੁਣਾਓ
ਤਬੀਅਤ ਸ਼ਬੀਅਤ ਵੱਲ ਰਹਿੰਦੀ ਏ ਬਸ ਸ਼ੁਕਰ ਹੈ ਮਾਲਕ ਦਾ ਜਿਹੜਾ ਟਾਈਮ ਗੁਜ਼ਰਦਾ ਪਿਆ ਮਾਸ਼ਾਅੱਲਾ ਮੁੰਡੇ ਖੁੰਡੇ ਜੇ ਹੈ ਵਾ ਤਬੀਅਤ ਨੂੰ ਕਿਉਂ ਨਾ ਸਾਡਾ ਭਲਵਾਨ ਚਾਚੂ ਮੋਟੂ ਕੀ ਹਾਲ ਹੈ ਤੁਹਾਡਾ ਠੀਕ ਹੋ ਛੁਰੀ ਲਾ ਗਿਆ ਇਧਰੋਂ ਗੱਲ ਵੱਢਣੀ ਅਸਲਾਮ ਵਾਲੇਕੁਮ ਕੀ ਹਾਲ ਚਾਲ ਬਜ਼ੁਰਗ ਅੱਲਾ ਸ਼ੁਕਰ ਤੁਸੀਂ ਸੁਣਾਓ ਤੁਸੀਂ ਠੀਕ ਹੋ ਹੋਰ ਸੁਣਾਓ ਹੋਰ ਸੁਣ ਲਓ ਹਾਏ ਹਾਏ ਹੋਰ ਸੁਣਾਓ ਹੋਰ ਸੁਣ ਲਓ ਸੁਣਨ ਡਿਆ ਸੁਣਾਉਣ ਡਿਆ ਸੁਣਾਓ ਸੁਣੋ ਸੁਣਨ ਡਿਆ ਮੈਂ ਸੁਣਾਉਣ ਡਿਆ ਕੀ ਸੁਣਾਉਣ ਡਿਆ ਜੋ ਤੂੰ ਸੁਣਨ ਡਿਆ ਮੈਂ ਸੁਣਨ ਕੁਛ ਨਹੀਂ ਡਿਆ ਮੈਂ ਸੁਣਾਉਣ ਕੁਛ ਨਹੀਂ ਡਿਆ ਮੇਰਾ ਸੋਹਣਾ ਦਾਦਾ ਤੇ ਭਾਈਆ ਐ ਜੇ ਪੀਪਾ ਖਲੋਤਾ ਚਾਚੂ ਹੋਰਾਂ ਦਾ ਫੁੱਲ ਛੁੱਲ ਲਾ ਕੇ ਸੋਹਣੀ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਆਉਣ ਉਹ ਵੇਖਿਆ ਰਾਣੀ ਵੱਖਰੀ ਲੱਭਦੀ ਏ ਤੇ ਪੀਪਾ ਵੀ ਵੱਖਰੇ ਲੱਭਦਾ ਲਓ ਜੀ ਦਾਦਾ ਜੀ ਤੇ ਬੋੜੀ ਮਿਲ ਪੈ ਨੇ ਦਾਦਾ ਝੁੰਮੀ ਲਓ ਇੱਕ ਝੁੰਮੀਆਂ ਬੜੀਆਂ ਹਾਏ ਓਏ ਆ ਬੋੜੀ ਵੇ ਨਹੀਂ ਛੋਟੇ ਕਾਕੇ ਹੁੰਦੇ ਨੇ ਤੇ ਲਈ ਛੋਟਾ ਕਾਕਾ ਐ ਵੇਖੋ ਸਹੀ ਬੋੜਾਂ ਦੇ ਕਫ ਤੇ ਵੇਖੋ ਮਾਸ਼ਾਅੱਲਾ ਕਿੱਡਾ ਸੋਹਣਾ ਸੂਟ ਸੀ ਪਿਆ ਇਥੋਂ ਅੱਛਾ ਹਾਂਜੀ ਮਠਿਆਈ ਲੈ ਕੇ ਆਏ ਆ ਘਰ ਕਿਸੇ ਨੀ ਪੁੱਛਦਾ ਚਾਚਾ ਮੋਟਾ ਕੱਲਾ ਹੀ ਬਹਿ ਕੇ ਪੂਰਾ ਡੱਬਾ ਅੱਗੇ ਰੱਖ ਕੇ ਤੇ ਉਹ ਡਿੱਠਿਆ ਬਾਈ ਭੁੱਖ ਲੱਗੀ ਸੀ ਯਾਰ ਮੈਂ ਕਿਹਾ ਚਲੋ ਲੈ ਕੇ ਆਏ ਨੇ ਇਸ ਬਣੇ ਜੁੜ ਜਾਣਾ ਚਾਚੂ ਜਦ ਕੋਈ ਜਾਣਾ ਖਾ ਤੂੰ ਮਠਿਆਈ ਖਾਣ ਡੇ ਚਾਚੂ ਪਿੰਡ ਆਏ ਆ ਤੇ ਇਧਰ ਸਿੱਧਰ ਜੀ ਤੁਹਾਨੂੰ ਪਤਾ ਅਸੀਂ ਪਿੰਡ ਰਹਿੰਦੇ ਨੇ ਤੇ ਇਧਰ ਚੈੱਕ ਕਰੋ ਨਿੱਕਾ ਬਾਪਾ ਚੈੱਕ ਕਰੋ ਮੁੱਛਾ ਉਹਦਾ ਲੱਗ ਗਿਆ ਮਾਸ਼ਾਅੱਲਾ ਮਿਹਨਤ ਕਰ ਰਿਹਾ ਮੁੰਡਾ ਜੀ ਕਣਕ ਵੱਢ ਰਹੇ ਨੇ ਅੱਜ ਆ ਵੀਗਾ ਸਾਰਾ ਨਾ ਕਣਕ ਦਾ ਵੱਢਿਆ ਏ ਤੇ ਆ ਵੀ ਜਿਹੜਾ ਨਾਲ ਵੱਢਣ ਦੇ ਨੇ ਮਾਸ਼ਾਅੱਲਾ ਸ਼ਹਾਦਾ ਕੰਮ ਆਇਆ ਬੰਦਿਆਂ ਤੋਂ ਯਕੀਨ ਮਨ ਛਾ ਗਿਆ ਭਾਈ ਆ ਅੱਜ ਦੂਸਰਾ ਦਿਨ ਜੇ ਧੁੱਪ ਨਿਕਲੀ ਚੰਗੀ ਕਰੱਕੇ ਦੀ ਅਤੇ ਆ ਚੈੱਕ ਕਰੋ ਸਾਹਮਣਾ ਸਾਰਾ ਵਿਘਾ ਜਿਹੜਾ ਨਾ ਕੱਲ੍ਹ ਅਸਾਂ ਤਰ੍ਹਾਂ ਵੱਢ ਕੇ ਕਣਕ ਦਾ ਕਣਕ ਦੀਆਂ ਭਰੀਆਂ ਪਾਈਆਂ ਨੇ ਅੱਜ ਅਗਲਾ ਵਿਘਾ ਵੱਢਣ ਲੱਗ ਪਏ ਨੇ ਉਹ ਚੈੱਕ ਕਰੋ ਆ ਗਏ ਨੇ ਕਰੋ ਮਾਸ਼ਾਅੱਲਾ ਮੁੰਡੇ ਮਿਹਨਤੀ ਨੇ ਯਾਰ ਪੇਂਡੂ ਵੀ ਕਦੀ ਸਹੀ ਤਰ੍ਹਾਂ ਮਿਹਨਤੀ ਹੁੰਦਾ ਸੀ ਪਰ ਹੁਣ ਥੋੜ੍ਹਾ ਜਿਹਾ ਕੰਮ ਚਰੋ ਹੋ ਗਿਆ ਬਸ ਜਿੱਦਣ ਗੁੱਸਾ ਆ ਗਿਆ ਜਿੱਦਣ ਮਿਹਨਤ ਸ਼ੁਰੂ ਹੋ ਗਈ ਉੱਦਣ ਦੁਨੀਆਂ ਵੇਖੇਗੀ ਪਤਾ ਕਿਵੇਂ ਮੈਂ ਇੱਕ ਨਿੱਕਾ ਜਿਹਾ ਵੀ ਕੰਮ ਕੀਤਾ ਤੇ ਮੈਂ ਵੀਡੀਓ ਬਣਾਉਣੀ ਹੈ ਨਾ ਤੇ ਫਿਰ ਦੁਨੀਆਂ ਵੇਖੇਗੀ ਸਮਝਿਆ ਕਰ ਤੁਹਾਨੂੰ ਲੱਗਾ ਹੋ ਰਹੇ ਮੈਂ ਬਹੁਤੇ ਕੰਮ ਕਰਨੇ ਨੇ ਕੋਈ ਹਾਲ ਤੁਹਾਡਾ ਤੁਸੀਂ ਇੰਨਾ ਚਿਰ ਕਹਿੰਦੇ ਆਈਏ ਵੀ ਸਾਗੀ ਪਿੰਡ ਆ ਤੁਹਾਨੂੰ ਅਸਲਾਮ ਅਲੈਕੁਮ ਵਾਲੈਕਮ ਸਲਾਮ ਬਾਈ ਕੀ ਹਾਲ ਚਾਲ ਜਵਾਨੋ ਖੈਰ ਸ਼ੁਕਰ ਹੈ ਮਾਲਕ ਦਾ ਜਿਹੜਾ ਟਾਈਮ ਗੁਜ਼ਰਦਾ ਪਿਆ ਸੋਹਣਾ ਗੁਜ਼ਰਦਾ ਪਿਆ ਮਾਸ਼ਾਅੱਲਾ ਮਾਸ਼ਾਅੱਲਾ ਹੋਰ ਸੁਣਾਓ ਕੋਈ ਜਵਾਨੀ ਦੀ ਕੋਈ ਪੱਗ ਪੀਤੀ ਕੋਈ ਜੱਗ ਪੀਤੀ ਹੈਂ ਜਦੋਂ ਮੈਂ ਜਵਾਨ ਹੁੰਦਾ ਸਾਂ ਨਾ ਓਏ ਦਾਦਾ ਬੜੀ ਫਨੀ ਗੱਲ ਕੀਤੀ ਉਦੋਂ ਹਜੇ ਕਰਨੀ ਹੈ ਅੱਛਾ ਜਦੋਂ ਮੈਂ ਜਵਾਨ ਹੁੰਦਾ ਸਾਂ ਹਾਂਜੀ ਉਦੋਂ ਮੈਂ ਬਹਿ ਕੇ ਖਾਲੀ ਟੱਪ ਜਾਂਦਾ ਹੁੰਦਾ ਓਏ ਦਾਦਾ ਜੀ ਇਹ ਤੇ ਗੱਲ ਹੀ ਕੋਈ ਨਹੀਂ ਅੱਜ ਅੱਜ ਹੋਣਗੇ ਮੁਕਾਬਲੇ ਦਾਦਾ ਜੀ ਜ਼ਰਾ ਉਦੋਂ ਹੋ ਜ਼ਰਾ ਮੈਂ ਵੀ ਆਪਣੀਆਂ ਜਵਾਨੀਆਂ ਸੁਣਾਉਂਦਾ ਦਾਦੇ ਦੀਆਂ ਵੀ ਜਵਾਨੀਆਂ ਸੁਣਨੇ ਅੱਜ ਅੱਛਾ ਜਦੋਂ ਮੈਂ ਹੁੰਦਾ ਸਾਂ ਜਵਾਨ ਹਾਂ ਮੈਂ ਕੂਣੀ ਮਾਰ ਕੇ ਹਾਥੀ ਮਾਰ ਛੱਡਦਾ ਸਾਂ ਠੀਕ ਹੈ ਤੁਹਾਡੀ ਵਾਟੀ
ਮਾਰੀ ਤੁਹਾਡੇ ਕੋਲ ਜੂਨ ਨਹੀਂ ਜਾਂਦੀ। ਹਾਂਜੀ ਤੇ ਮਾਰਦੇ ਹਾਥੀ ਰੇ ਉਹ ਕਿੱਥੇ ਮਾਰਦੇ ਉਹ ਪਰ ਹੁਣ ਬੁੱਢੇ ਹੋ ਗਏ ਆ ਹੁਣ ਤੇ ਵਾਕਈ ਨੀ ਜੂ ਮਾਰਦੀ। ਹਾਂ ਦੱਸੋ ਕੋ ਜਵਾਨੀ ਦੀ ਗੱਲ ਕਿ ਜਵਾਨੀਆਂ ਨਹੀਂ ਆਈਆਂ ਤੁਹਾਡੇ ਚ ਕਦੀ? ਜਵਾਨੀਆਂ ਆ ਕੇ ਤੁਰ ਗਈਆਂ ਨੇ। ਅੱਛਾ ਫਿਰ ਕੋਈ ਗੱਲ ਜਵਾਨੀ ਦੀ? ਸਰਗੀ ਉੱਠ ਕੇ ਹਾਲ ਜਾਂਦੇ ਹੁੰਦੇ ਸਾਂ। ਇਹ ਕਿੰਨਾ ਕੰਮ ਹੈ ਜਦੋਂ ਤੁਸੀਂ ਉੱਠ ਕੇ ਹਾਲ ਜਾਂਦੇ ਹੋ ਨਾ, ਜਦੋਂ ਮੈਂ ਜਵਾਨ ਹੁੰਦਾ ਹਾਂ ਉਦੋਂ ਤਾਂ ਮੈਂ ਕੰਮ ਕਾ ਹਾਰਨਾ ਹਾਂ। ਠੀਕ ਹੈ ਮੈਂ ਹਿਸਾਬ ਲਾਇਆ ਦਾਦਾ ਜੀ ਤਾਂ ਜਵਾਨੀ ਨਹੀਂ ਆਈ ਜਿਹੜੀ ਜਵਾਨੀ ਸਾਡੇ ਚ ਹੁੰਦੀ ਸੀ ਕਦੀ। ਹੈ ਬਾਈ ਜਵਾਨੀ ਆਈ ਸੀ ਉਹ? ਅੱਛਾ ਆ ਗਈ ਆਈ ਤੇ ਫਿਰ ਆ ਕੇ ਤੇ ਫਿਰ ਬਾਬਾ ਚ ਰਹੀ ਹੈ ਜਵਾਨੀ ਤੇ ਫਿਰ ਤੁਰ ਗਈ। ਅੱਛਾ ਜਵਾਨੀ ਚ ਕੋਈ ਗੱਲ ਹੈ ਐਵੇਂ ਦੀ ਜਿਹੜੀ ਕੋਈ ਵਾਕਈ ਜਵਾਨੀ ਪਤਾ ਲੱਗੇ ਜਵਾਨ ਸੋ? ਚਲੋ ਜਵਾਨੀ ਵੇਲੇ ਸਾਰੇ ਹੀ ਕੰਮ ਕਰ ਲੈਂਦੇ ਸਾਂ ਯਾਰ, ਜਿਵੇਂ ਮੈਂ ਵਾਂ ਮੈਂ ਛਾਲ ਮਾਰ ਕੇ ਉੜਦਾ ਕਾਂ ਫੜ ਲੈਂਦਾ ਹਾਂ। ਠੀਕ ਹੈ ਇਹਨੂੰ ਕਹਿੰਦੇ ਨੇ ਜਵਾਨੀ ਤੇ ਮੈਂ ਫੜਿਆ ਡਾ ਛੱਡਦਾ ਸਾਂ। ਇਹ ਕਿਹੜੀ ਜਵਾਨੀ ਹੋਈ ਹੈ? ਤੇ ਜਰਾ ਜਵਾਨੀ ਭਈ ਕਾਂ ਫੜਨਾ ਤੇ ਡਾ ਛੱਡਣਾ। ਜਦੋਂ ਮੈਂ ਜਵਾਨ ਹੁੰਦਾ ਸਾਂ ਨਾ, ਹਾਂਜੀ ਉਦੋਂ ਘਰ ਮੈਂ ਲੜ ਪਿਆ, ਫਿਰ ਲੜ ਕੇ ਮੈਂ ਨਿਕਲਿਆ ਬਾਹਰ ਤੇ ਆਸਣਾ ਗੁੱਸੇ ਨਾਲ ਮੈਂ ਨਾ ਫਿਰ ਗੁੱਸਾ ਤੇ ਚੜਿਆ ਸੀ ਨਾ। ਘਰ ਵਾਲਾ ਜਦੋਂ ਲੜੀਏ ਗੁੱਸਾ ਤੇ ਚੜਦਾ, ਜੇ ਜਵਾਨ ਤੋਂ ਬੰਦਾ ਗੁੱਸਾ ਚੜਦਾ। ਗੁੱਸਾ ਚੜਿਆ ਸੀ ਬੜਾ, ਮਾਰੀ ਇੱਟ ਜੋੜ ਕੇ। ਕਿਹਨੂੰ? ਤਾਨੂੰ। ਅੱਛਾ ਤਾਨੂੰ ਐਵੇਂ ਐਵੇਂ ਮਾਰਤੀ ਹਵਾ ਦੇ? ਐਵੇਂ ਮਾਰ ਦਿੱਤੀ ਉੱਤੇ ਕਿਤੇ ਜਹਾਜ਼ ਪਿਆ ਪਿਛਾਉਂਦਾ ਸੀ ਤੇ ਉਹ ਜਹਾਜ਼ ਨੂੰ ਕਿਤੇ ਵੱਜ ਗਈ ਇੱਟ ਇੱਟ, ਉਹ ਜਹਾਜ਼ ਨੂੰ ਵੱਜੀ ਤਾਂ ਜਹਾਜ਼ ਡਿੱਗ ਪਿਆ। ਗੱਲ ਵੱਧ ਨਹੀਂ ਗਈ? ਅੱਛਾ ਹੁਣ ਤੁਹਾਨੂੰ ਮੈਂ ਦੱਸਣਾ ਆਪਣੀ ਜਵਾਨੀ ਦੀ ਗੱਲ। ਮੈਂ ਜਵਾਨ ਹੈ ਨਹੀਂ ਹਾਂ, ਉਦੋਂ ਤੇਰਾ ਮੁੰਡਾ ਹੀ ਹਾਂ, ਜੇ ਮੈਂ ਹੋ ਲਈ ਹਾਂ ਉਦੋਂ ਫੁੱਲ ਜਵਾਨ ਨਹੀਂ ਹੋਇਆ। ਟ੍ਰੇਨਾਂ ਨਿਕਲੀਆਂ ਹਨ ਨਵੀਆਂ ਨਵੀਆਂ। ਅੱਛਾ ਤੇ ਆਪਣੀ ਪਟਰੀ 'ਚ ਟ੍ਰੇਨ ਆਉਣ ਦੀ, ਮੇਰੀ ਜਾਣੇ ਬਲਾ ਟ੍ਰੇਨ ਹੈ। ਅੱਛਾ ਬਾਈ ਮੈਨੂੰ ਪਤਾ ਹੀ ਨਹੀਂ ਉਹ ਟ੍ਰੇਨ ਹੈ, ਜਦੋਂ ਪਤਾ ਹੀ ਨਹੀਂ ਟ੍ਰੇਨ ਤੇ ਪਤਾ ਕਿਵੇਂ ਲੱਗੇ ਕਿ ਟ੍ਰੇਨ ਹੈ, ਮੈਨੂੰ ਪਤਾ ਹੀ ਨਹੀਂ ਕੁਛ ਹੈ। ਮੈਂ ਆਵੇ ਸਵੇਰੇ ਸਵੇਰੇ ਪੈਲੀਆਂ ਵਿੱਚੋਂ ਜਾਣ ਡਿਆ ਤੇ ਅੱਗੇ ਜਰਨਾ ਉਹ ਪਟਰੀ ਦੀ ਵਿਛੀ ਟ੍ਰੇਨ ਦੀ, ਮੈਂ ਆਖਿਆ ਇਹ ਕੀ ਵਿਛਾਤਾ ਇੰਨਾ ਵੀ ਨਵਾਂ ਹੀ ਰਾਹ। ਮੈਂ ਕਿਹਾ ਨਵਾਂ ਰਾਹ ਰੱਖੋ ਤੇਰੇ ਵਾਸਤੇ ਨਿਕਲਿਆ। ਮੈਂ ਪਟਰੀ ਦੇ ਉੱਤੇ ਉੱਤੇ ਤੁਰ ਪਿਆ ਤਾਂ ਗੁ ਟ੍ਰੇਨ ਆਉਣ ਡਈ, ਉਹ ਮੈਨੂੰ ਆ ਗਈ ਨਿੱਛ। ਮੈਂ ਜਰਾ ਅੱਛ ਕੀਤਾ, ਉਹ ਟ੍ਰੇਨ ਪਛਾਣ ਤੁਰ ਗਈ ਕਰਾਚੀ ਵਾਪਸ। ਅੱਛਾ ਹਾਂਜੀ ਬੜਾ ਪੈਂਦਾ ਕੀਤਾ ਟ੍ਰੇਨ ਨੇ, ਉਹ ਤਾਂ ਨਿੱਛ ਵੀ ਤਾਂ ਵੱਜ ਗਈ ਨਾ ਜਵਾਨ ਹੁੰਦੇ ਹਾਂ। ਨਿੱਛ ਮਾਰਿਆ ਨਾ ਪਿਛਾਂ ਵਾਪਸ ਹੋ ਗਈ ਟ੍ਰੇਨ। ਹਾਂ ਤੇ ਟ੍ਰੇਨ ਬੜੀ ਵੱਡੀ ਸੀ ਕਿ ਦੋ ਤਿੰਨ ਬੋਗੀਆਂ ਹਨ? ਮੈਂ ਕਹਿੰਦਾ ਉਹ ਟ੍ਰੇਨ ਸਿਆਲਕੋਟ ਲੈ ਕੇ ਲਾਹੌਰ ਤੱਕ ਸੀ। ਅੱਛਾ ਹਾਂ ਸਾਡੇ ਜੋਗੀ ਜਿਹੜੇ ਨਾ ਰੋਟੀ ਪੱਕਣ ਲੱਗੇ ਤੇ ਰੋਟੀ ਪਕਾਉਣ ਵਾਸਤੇ ਇੱਧਰ ਦਾਦੀ ਹੋਣੀ ਜਦ ਥੁੰਮ ਛੱਲਣ ਡੇ ਇਕੱਲੇ ਬਹਿ ਕੇ, ਤੇ ਦਾਦੀ ਹੋਰੀ ਨਵੀਂ ਦੁਕਾਨ ਵੀ ਪੈ ਗਈ ਹੈ ਮਾਸ਼ਾਅੱਲਾ, ਤੇ ਦਾਦੀ ਹੋਰੀ ਬਸ ਅੱਜ ਕੱਲ੍ਹ ਇੱਥੇ ਜਿਹੜਾ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਨੇ। ਦਾਦੀ ਜੀ ਹੋਰ ਸੁਣਾਓ ਕੋਈ ਗੱਲਬਾਤ? ਠੀਕ ਠਾਕ ਤਬੀਅਤ ਸਭ ਕੁਛ ਠੀਕ ਰਹਿੰਦਾ? ਸਭ ਠੀਕ ਹੈ ਸ਼ੁਕਰੀਆ ਦਾਦਾ। ਬਜ਼ੁਰਗਾਂ ਦੀ ਗੱਲ ਕੋ ਵੱਖਰੀ ਦਾ ਜੀ। ਅੱਛਾ ਫੇਰ ਠੀਕ ਹੈ, ਹੋਰ ਸੁਣਾਓ? ਬਸ ਸ਼ੁਕਰੀਆ ਦਾਦਾ। ਹੁਣ ਫਿਰ ਤੁਹਾਡੇ ਕੋਲ ਨਹੀਂ ਜਾਣਾ?
ਉਹਨੇ ਅਸੀਂ ਜਦੋਂ ਤੁਹਾਡੇ ਦਾਦਾ ਤੁਹਾਡੇ ਲੈ ਲਿਆ ਉਹਨਾਂ ਉਹਨਾਂ ਮੈਂ ਫਿਰਨ ਤੁਰਨ ਜਾਣਾ ਦਾਦੇ ਨਾਲ ਲੈ ਲਓ ਜਾ ਕੇ ਮੋੜਾਂ ਤੋਂ ਤੋਰਿਓ ਪੁੰਜੇ ਅੱਗੇ ਤੋੜ ਕੇ ਖੜਿਓ ਘਰ ਅਤੇ ਫਿਰ ਮੈਨੂੰ ਫਿਰਨ ਤੁਰਨ ਦਾ ਪਤਾ ਲੱਗੇਗਾ ਵੀ ਅੱਜ ਫਿਰੀ ਤੁਰੀਦਾ ਦਾਦੀ ਨੂੰ ਨਹੀਂ ਦਾਦਾ ਚਾਹੀਦਾ ਸਾਡਾ ਅੱਛਾ ਦਾਦਾ ਕਿਹੜਾ ਜਾਣਾ ਰਿਸ਼ਤੇਦਾਰ ਵੀਡੀਓ ਵੇਂਦੇ ਨੇ ਉਹਨਾਂ ਕਹਿਣਾ ਲੈ ਵੀ ਬੁੱਢੇ ਵਾਲੇ ਬਾਬੇ ਨੂੰ ਤੋਰਨ ਤੇ ਭਾਈ ਆ ਹਜੇ ਤੇ ਮਜ਼ੇ ਸ਼ੁਰੂ ਹੋਏ ਨੇ ਤੇ ਹਜੇ ਅੱਗੋਂ ਵੀਡੀਓ ਆਉਣਗੀਆਂ ਮਜ਼ੇਦਾਰ ਜੀਆਂ ਤੁਹਾਨੂੰ ਪਤਾ ਦਾਦੇ ਜੀ ਆਪਣੇ ਸ਼ੁਗਰ ਜੀ ਨੇ ਮਾਸ਼ਾਅੱਲਾ ਪੂਰੇ ਸਵਾਦ ਕਰਾਉਂਦੇ ਨੇ ਤੇ ਇਸ ਵਾਸਤੇ ਜੇ ਮਜ਼ੇਦਾਰ ਵੀਡੀਓ ਵੇਖਣੀ ਸਾਡੇ ਚੈਨਲ ਕਰੋ ਸਬਸਕ੍ਰਾਈਬ ਤੇ ਨਾਲੇ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਅਲਾਫਿਜ਼।